एवेकाडो पंजाब च हो सकता ते उहदा आउण वाला भविख की आ। सत श्री अकाल जी, मैं गुरसिमरन सिंह धनोआ नैचुरल फार्म तो। बई जी, अज आपां एवेकाडो प्लांट बारे जां एवेकाडो दे फल बारे, मक्खण फल जिहनूं कहा जांदा, उहदे बारे गल करांगे जी। मक्खण फल क्यों कहा जांदा जी? एवेकाडो तो इहदा नाम हो गया जी। मक्खण फल इहनूं पंजाबी दे विच तां कह दिंदे आ, जिहड़ी इहदी पल्पा जां जिहड़ा इहदा गुद्दा, ਉਹ ਗੁੱਦੇ ਨੂੰ ਜਦੋਂ ਆਪਾਂ ਮੈਸ਼ ਕਰ ਲੈਂਦੇ ਹਾਂ, ਉਹਨੂੰ ਚਟਨੀ ਵਾਂਗ ਕੁੱਟ ਲੈਂਦੇ ਹਾਂ, ਤਾਂ ਉਹਦਾ ਜਿਹੜਾ ਸਮੂਥਨੈਸ ਆ ਉਹ ਬਿਲਕੁਲ ਮੱਖਣੀ ਵਾਂਗ ਹੋ ਜਾਂਦੀ ਆ। ਬੜਾ ਵਧੀਆ ਲੱਗਦਾ ਜੀ, ਅਤੇ ਖਾਣ ਨੂੰ ਬੜਾ ਟੇਸਟੀ ਹੁੰਦਾ। ਹਰੇਕ ਚੀਜ਼ ਦੇ ਵਿੱਚ ਪਾ ਕੇ, ਬਾਹਰ ਜਿਵੇਂ ਆਪਾਂ ਕੈਨੇਡਾ ਅਮੈਰੀਕਾ ਦੇ ਵਿੱਚ ਗੱਲ ਕਰੀਏ, ਤਾਂ ਹਰ ਚੀਜ਼ ਦੇ ਵਿੱਚ ਪਾ ਕੇ ਖਾਂਦੇ ਨੇ ਜੀ। ਸੈਂਡਵਿਚ ਦੇ ਵਿੱਚ, ਸਮੂਦੀ ਦੇ ਵਿੱਚ ਪਾ ਕੇ ਇਹਨੂੰ ਯੂਟੀਲਾਈਜ਼ ਕਰਦੇ ਆ। ਅਤੇ ਪੰਜਾਬ ਦੇ ਲਈ ਇਹ ਹਜੇ ਨਵਾਂ ਬਿਲਕੁਲ, ਪਰ ਜੇ ਮਾਰਕੀਟ ਦੇ ਵਿੱਚ ਗੱਲ ਕਰੀਏ, ਜਿਹੜੀਆਂ ਵੱਡੀਆਂ ਫਰੂਟ ਮਾਰਕੀਟ ਨੇ ਜਿਵੇਂ ਲੁਧਿਆਣਾ ਹੋ ਗਿਆ, ਚੰਡੀਗੜ੍ਹ ਹੋ ਗਿਆ, ਉੱਥੇ ਇਹ ਫਰੂਟ ਮਿਲਦਾ। ਅਤੇ ਡਾਕਟਰ ਇਹਨਾਂ ਨੂੰ ਖਾਣ ਨੂੰ ਰੈਕਮੈਂਡ ਕਰਦੇ ਆ ਜਦੋਂ ਆਪਣੀ ਸਿਹਤ ਖਰਾਬ ਹੋਵੇ, ਫਿਰ ਡਾਕਟਰ ਕਹਿੰਦੇ ਵੀ ਐਵੇਕਾਡੋ ਖਾਓ। ਕਾਫੀ ਗੁਣ ਇਹਦੇ ਵਿੱਚ ਅਜਿਹੇ ਨੇ ਜੋ ਆਪਣੇ ਸਰੀਰ ਲਈ ਬਹੁਤ ਫਾਇਦੇਮੰਦ ਨੇ। ਅਤੇ ਹੁਣ ਜੇ ਗੱਲ ਕਰੀਏ ਵੀ ਪੰਜਾਬ ਦੇ ਵਿੱਚ ਫਰੂਟਿੰਗ ਹੁੰਦੀ ਆ, ਹਾਂਜੀ, ਪੰਜਾਬ ਦੇ ਵਿੱਚ ਆਪਣੇ ਕੋਲ ਫਰੂਟਿੰਗ ਸਟਾਰਟ ਹੋ ਚੁੱਕੀ ਆ। ਫਰੂਟ ਤੁਸੀਂ ਲੱਗਿਆ ਹੋਇਆ ਦੇਖ ਸਕਦੇ ਹੋ, ਅਤੇ ਬੂਟੇ ਦਾ ਸਾਈਜ਼ ਵੀ ਤੁਸੀਂ ਦੇਖੋ, ਇਹ 3.5 ਸਾਲ 4 ਸਾਲ ਦਾ ਬੂਟਾ ਹੋ ਗਿਆ ਜੀ ਆਪਣੇ ਕੋਲ। 4 ਸਾਲ ਦੇ ਬੂਟੇ ਨੂੰ ਫਰੂਟਿੰਗ ਸਟਾਰਟ ਹੋ ਚੁੱਕੀ ਆ। ਪਿਛਲੀ ਵਾਰ ਵੀ ਫਲਾਵਰਿੰਗ ਦਿਖਾਈ ਸੀ ਇਹਨੇ, ਪਰ ਇਸ ਵਾਰ ਫਰੂਟ ਸੈੱਟ ਹੋ ਗਿਆ ਸੀ, ਕਾਫੀ ਸੈੱਟ ਹੋਇਆ ਸੀ। ਬਰਸਾਤਾਂ ਦੇ ਕਾਰਨ ਕਾਫੀ ਝੜ ਗਿਆ ਸੀ, ਇੱਕ ਦਾਣਾ ਕੁਦਰਤਨ ਆਪਣੇ ਕੋਲ ਦਿਖਾਉਣ ਲਈ ਜਾਂ ਆਪਣੇ ਟੇਸਟ ਕਰਨ ਲਈ ਬਚਿਆ ਜੀ। ਅਤੇ ਕਈ ਬੂਟੇ ਇਹਦੇ ਪੰਜਾਬ ਦੇ ਵਿੱਚ ਲੱਗੇ ਹੋਏ ਨੇ, ਕਈ ਥਾਵੇਂ ਫਲ ਦੇ ਰਿਹਾ, ਔਰ ਫਲ ਦੀ ਜਿਹੜੀ ਕੁਆਂਟਿਟੀ ਆ ਉਹ ਬਹੁਤ ਵਧੀਆ, ਜਿਹੜੀ ਕੁਆਲਿਟੀ ਆ ਉਹ ਵੀ ਬਹੁਤ ਵਧੀਆ। ਇਹਦੀਆਂ ਜਿਹੜੀਆਂ ਕਾਮਨਲੀ 4 ਬਰੀਡਾਂ ਪੰਜਾਬ ਦੇ ਵਿੱਚ ਸਕਸੈਸਫੁਲ ਹੋ ਰਹੀਆਂ ਨੇ, ਅਤੇ ਇਹਦੇ ਵਿੱਚ ਲਗਭਗ ਪੂਰੇ ਹਿੰਦੁਸਤਾਨ ਦੇ ਵਿੱਚ 8 ਤੋਂ 10 ਵਰਾਇਟੀਆਂ 'ਤੇ ਕੰਮ ਹੋ ਰਿਹਾ। ਹੁਣ ਜਿਹੜਾ ਇੱਥੇ ਪੰਜਾਬ ਦੇ ਵਿੱਚ ਕੰਮ ਹੋ ਰਿਹਾ, ਉਹ 4 ਕੁ ਵਰਾਇਟੀਆਂ ਨੇ ਜਿਹੜੀਆਂ ਬਹੁਤ ਵਧੀਆ ਨੇ, ਸਕਸੈਸਫੁਲੀ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਅਤੇ ਫਰੂਟਿੰਗ ਦੇ ਰਹੀਆਂ ਨੇ ਜੀ। ਹੁਣ ਜਿਹੜਾ ਇਹਦਾ ਆਪਾਂ ਬੂਟੇ ਦੀ ਗੱਲ ਕਰੀਏ ਜੀ, ਬੂਟਾ ਤਕਰੀਬਨ ਅੰਬ ਜਿੱਡੇ ਸਾਈਜ਼ ਦਾ ਹੋ ਜਾਂਦਾ ਜੀ, ਬਹੁਤ ਵੱਡਾ ਦਰਖਤ ਬਣਦਾ। ਤਾਂ ਉਸ ਹਿਸਾਬ ਨਾਲ ਜੇ ਆਪਾਂ 200-250-300 ਗ੍ਰਾਮ ਦਾ ਵੀ ਇੱਕ ਫਲ ਲਾ ਕੇ ਚੱਲੀਏ, ਤਾਂ ਫਲ ਦੀ ਮਾਤਰਾ ਵੀ ਬਹੁਤ ਹੋ ਜਾਂਦੀ ਆ। ਅਤੇ ਜਿਹੜਾ ਆਪਾਂ ਗੱਲ ਕਰੀਏ ਵੀ ਇੱਕ ਪੂਰੇ ਬੂਟੇ ਦੀ ਕਿੰਨੀ ਕੁਆਂਟਿਟੀ ਉਹ ਆਪਾਂ ਨੂੰ ਦੇ ਸਕਦਾ, ਅਤੇ ਉਹਦੇ ਵਿੱਚ ਗੱਲ ਕਰੀਏ ਤਾਂ ਲੈ ਕੇ 70-80 ਕਿਲੋ ਤੋਂ ਲੈ ਕੇ 1.5 ਕੁਇੰਟਲ ਤੱਕ ਫਲ ਦੇ ਸਕਦਾ ਇੱਕ ਪੂਰਾ ਵੱਡਾ ਬੂਟਾ, ਜਿਹੜਾ 10-12 ਸਾਲ ਦਾ। ਮਾਰਕੀਟ ਦੇ ਵਿੱਚ ਜਾਂਦੇ ਹਾਂ ਤਾਂ ਇਹ ਹੁਣ ਦੇ ਸਮੇਂ ਦੇ ਵਿੱਚ 1000 ਰੁਪਏ ਤੋਂ ਲੈ ਕੇ 1500 ਰੁਪਏ ਕਿਲੋ ਮਿਲ ਰਿਹਾ। ਆਉਣ ਵਾਲੇ ਸਮੇਂ ਦੀ ਗੱਲ ਕਰੀਏ ਵੀ ਹਾਂ, ਪੰਜਾਬ 'ਚ ਬੂਟੇ ਜ਼ਿਆਦਾ ਲੱਗ ਗਏ, ਪ੍ਰੋਡਕਸ਼ਨ ਇੰਡੀਆ ਦੇ ਵਿੱਚ ਹੋਣ ਲੱਗ ਗਈ, ਤਾਂ 500-400 ਤੋਂ ਤਾਂ ਫਿਰ ਵੀ ਹਜੇ ਆਉਣ ਵਾਲੇ 10-15 ਸਾਲਾਂ 'ਚ ਘੱਟਦਾ ਨਹੀਂ, ਜਾਣੂ ਵੈਸੇ ਵੀ ਚੀਜ਼ਾਂ ਦੇ ਰੇਟ ਬਹੁਤ ਵੱਧ ਜਾਂਦੇ ਆ। ਭਵਿੱਖ ਦੀ ਖੇਤੀ ਆ ਜੀ ਪੰਜਾਬ ਦੇ ਲਈ, ਜੇ ਆਪਾਂ ਲਾਉਂਦੇ ਹਾਂ, ਕੋਈ ਜ਼ਿਆਦਾ ਪਾਣੀ ਦੀ ਜ਼ਰੂਰਤ ਨਹੀਂ ਹੈਗੀ, ਕੋਈ ਜ਼ਿਆਦਾ ਕੇਅਰ ਦੀ ਜ਼ਰੂਰਤ ਨਹੀਂ ਹੈਗੀ। ਪਹਿਲੇ 2 ਸਾਲ ਬੂਟੇ ਨੂੰ ਬਹੁਤ ਕੇਅਰ ਕਰਨੀ ਪੈਂਦੀ ਆ, ਉਦੋਂ ਬਾਅਦ ਕੋਈ ਕੇਅਰ ਨਹੀਂ, ਉਦੋਂ ਬਾਅਦ ਨੋਰਮਲੀ ਇਹ ਬੂਟੇ ਚੱਲਣ ਲੱਗ ਜਾਂਦੇ ਆ ਅਤੇ ਬਹੁਤ ਵਧੀਆ ਡਿਵੈਲਪ ਕਰਦੇ ਆ। ਇੱਥੇ ਬੂਟੇ ਤਿਆਰ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਪੰਜਾਬ ਦੇ ਵਿੱਚ ਇਹ ਤਿਆਰ ਹੋ ਜਾਣ, ਅਤੇ ਇਹਨਾਂ ਦਾ ਜਿਹੜਾ ਆਪਾਂ ਨੂੰ ਇਕੱਲੇ ਇਕੱਲੀ ਵਰਾਇਟੀ ਬਾਰੇ ਪਤਾ ਲੱਗ ਜਾਵੇ, ਕਿਹੜੀ ਵਰਾਇਟੀ ਆਪਣੇ ਪੰਜਾਬ ਦੇ ਵਿੱਚ ਸਕਸੈਸਫੁੱਲ ਆ, ਕਿਹੜੀ ਘੱਟ ਸਕਸੈਸਫੁੱਲ ਆ, ਕਿਹਦੇ ਨਾਲ ਲਾਏ ਹਾਂ ਅਤੇ ਕਿਹੜੇ ਬੂਟੇ ਦੇ ਨਾਲ ਲਾਏ ਇਹ ਕਾਮਯਾਬ ਨੇ, ਅਤੇ ਕਿੰਨੀ ਇਹਦੀ ਦੂਰੀ ਰੱਖੀਏ, ਉਹ ਸਾਰੀਆਂ ਗੱਲਾਂ 'ਤੇ ਰਿਸਰਚ 'ਤੇ ਚੱਲ ਰਹੀ ਆ ਜੀ। ਅਤੇ ਪਰ ਸਕਸੈਸਫੁੱਲ ਤਾਂ ਨੇ ਕਿਉਂਕਿ ਜਿੰਨੇ ਵੀ ਮੈਂ ਦੋਸਤਾਂ ਮਿੱਤਰਾਂ ਦੇ, ਜਿਨ੍ਹਾਂ ਨੂੰ ਜਾਣਦਾ, ਜਿਨ੍ਹਾਂ ਦੇ ਘਰ ਐਵੇਕਾਡੋ ਲੱਗੇ ਹੋਏ ਨੇ ਜਾਂ ਜਿਨ੍ਹਾਂ ਦੇ ਫਾਰਮਾਂ 'ਤੇ ਲੱਗੇ ਹੋਏ ਨੇ, ਉਹ ਸਕਸੈਸਫੁੱਲ ਨੇ। ਤਕਰੀਬਨ 50-50 ਕਿਲੋ, 40-40 ਕਿਲੋ ਤਾਂ ਨੋਰਮਲੀ ਉਹ ਫਲ ਹਾਰਵੈਸਟ ਕਰਦੇ ਆ ਜੀ। ਅੱਜ ਦੇ ਟਾਈਮ ਦੇ ਵਿੱਚ 1000 ਰੁਪਏ ਦੀ ਗੱਲ ਕਰੀਏ ਆਪਾਂ, 1000 ਰੁਪਏ ਕਿਲੋ ਨੂੰ, ਤਾਂ ਜਿਹਦੇ ਕੋਲ 40 ਕਿਲੋ ਜਾਂ 50 ਕਿਲੋ ਫਰੂਟ ਹੋ ਗਿਆ, ਉਹਦਾ ਇੱਕ ਬੂਟਾ 40-50 ਹਜ਼ਾਰ ਦਾ ਹੋ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਇਹ ਜੇ ਰੇਟ ਘੱਟਦਾ ਵੀ ਆ ਤਾਂ ਵੀ, ਪਰ ਈਲਡ ਵਧੀ ਜਾਣੀ ਆ, ਅਤੇ ਡਿਮਾਂਡ ਇਹਦੀ ਪੂਰੀ ਹਿੰਦੁਸਤਾਨ ਦੇ ਵਿੱਚ ਆ। ਹਿੰਦੁਸਤਾਨ 'ਚ ਡਿਮਾਂਡ ਆਪਾਂ ਚਾਹੇ ਉਹ ਚੰਡੀਗੜ੍ਹ ਦੀ ਗੱਲ ਕਰ ਲਈਏ, ਚਾਹੇ ਆਪਾਂ ਲੁਧਿਆਣੇ ਦੀ ਗੱਲ ਕਰ ਲਈਏ, ਚਾਹੇ ਜਲੰਧਰ ਜਾਂ ਅੰਮ੍ਰਿਤਸਰ ਦੀ, ਇਹ ਹੋ ਗਏ ਪੰਜਾਬ ਰੀਜਨ ਦੇ ਸ਼ਹਿਰ ਜੀ। ਅਤੇ ਹੁਣ ਜੇ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਵੀ ਇਹਦੀ ਮਾਰਕੀਟ ਬਹੁਤ ਵੱਡੀ ਆ, ਅਤੇ ਹਰ ਬੰਦਾ ਇਹਨੂੰ ਖਾਣਾ ਚਾਹੁੰਦਾ, ਹਰ ਬੰਦੇ ਦੀ ਅਪਰੋਚ ਹੋ ਜੂਗਾ ਜਦੋਂ ਆਪਾਂ ਪੰਜਾਬ ਦੇ ਵਿੱਚ ਲਾ ਲਾਂਗੇ। ਅਤੇ ਇਸੇ ਲਈ ਇਹਦੇ 'ਤੇ ਟਰਾਇਲ ਕਰ ਰਹੇ ਹਾਂ ਵੀ ਜਿੰਨਾ ਜ਼ਿਆਦਾ ਆਪਾਂ ਲਾ ਕੇ ਇਹਨੂੰ ਸਕਸੈਸਫੁੱਲ ਕਰ ਲਈਏ, ਉਨਾ ਹੀ ਆਪਾਂ ਇਹਨੂੰ ਕਾਮਯਾਬ ਕਰਕੇ ਪੰਜਾਬ ਦੇ ਹੋਰ ਬਾਕੀ ਹਿੱਸਿਆਂ ਦੇ ਵਿੱਚ ਇਹਨੂੰ ਲਗਾ ਸਕੀਏ, ਅਤੇ ਲੋਕਾਂ ਨੂੰ ਇਹਦੀ ਅਵੇਲੇਬਿਲਟੀ ਕਰਾਈਏ। ਕਿਉਂਕਿ ਕੋਈ ਚੰਗੀ ਚੀਜ਼ ਜਿਵੇਂ ਸੇਬ ਸੀ, ਹਰ ਇੱਕ ਬੰਦੇ ਦੀ ਅਪਰੋਚ ਹੋ ਗਿਆ ਜੀ। ਹੁਣ ਜੇ ਇਹ ਚੀਜ਼ਾਂ ਨੇ, ਇਹ ਚੀਜ਼ਾਂ ਪੰਜਾਬ ਦੇ ਵਿੱਚ ਆਉਣਗੀਆਂ, ਹਰ ਬੰਦਾ ਖਾਊਗਾ, ਤਾਂ ਕੋਈ ਨਾ ਕੋਈ ਜਿਹੜਾ ਬੈਨੀਫਿਟ ਆ ਉਹਨਾਂ ਦੀ ਸਿਹਤ ਨੂੰ ਜ਼ਰੂਰ ਹੋਊਗਾ। ਜੇ ਡਾਕਟਰ ਇਹਨੂੰ ਰੈਕਮੈਂਡ ਕਰਦੇ ਆ ਕੈਂਸਰ ਦੇ ਮਰੀਜ਼ਾਂ ਲਈ, ਹੋਰ ਲਈ,
ਤਾਂ ਆਪਾਂ ਸੋਚ ਸਕਦੇ ਹਾਂ ਵੀ ਇਹਨਾਂ ਦੀ ਕਿੰਨੀ ਵੈਲਿਊ ਹੋਊਗੀ। ਅਤੇ ਦੂਜੀ ਗੱਲ, ਜਦੋਂ ਇਹਦੀ ਸਮੂਦੀ ਬਣ ਜਾਂਦੀ ਆ ਉਹ ਬੜੀ ਵਧੀਆ ਹੁੰਦੀ ਆ, ਅਤੇ ਇਹਨੂੰ ਟੋਸਟ ਲਾ ਕੇ ਬ੍ਰੈਡ ਦੇ ਵਿੱਚ ਟੋਸਟ ਬਣਾ ਕੇ ਜਦੋਂ ਖਾਂਦੇ ਹਾਂ ਉਦੋਂ ਵੀ ਬਹੁਤ ਵਧੀਆ ਯੂਟੀਲਾਈਜੇਸ਼ਨ ਹੁੰਦੀ ਆ। ਇੱਕ ਕਿਸਾਨ ਦੇ ਪਰਪਸ ਨਾਲ ਮੈਂ ਜੇ ਗੱਲ ਕਰਾਂ ਤਾਂ ਆਉਣ ਵਾਲਾ ਭਵਿੱਖ ਵੀ ਇਹਦਾ ਹੈ, ਅਤੇ ਦੂਸਰੀ ਗੱਲ ਜੇ ਆਪਾਂ ਹਰ ਇੱਕ ਮੋਟਰ 'ਤੇ ਇੱਕ ਇੱਕ ਬੂਟਾ ਲਾ ਲਈਏ ਤਾਂ ਕਮ ਸੇ ਕਮ ਆਪਾਂ ਆਪਦੇ ਘਰ ਦੀ ਜ਼ਰੂਰਤ ਤਾਂ ਪੂਰੀ ਕਰ ਸਕਦੇ ਹਾਂ। ਬਗੀਚੀ ਦੇ ਵਿੱਚ ਲੱਗਿਆ ਹੋਵੇ, ਘਰ ਦੇ ਵਿੱਚ ਲੱਗਿਆ ਹੋਵੇ, ਅਤੇ ਆਪਾਂ ਇਹਦੀ ਯੂਟੀਲਾਈਜੇਸ਼ਨ ਸੌਖੀ ਕਰ ਸਕਦੇ ਹਾਂ, ਆਪਾਂ ਇਹਦੀ ਵਰਤੋਂ ਸੌਖੀ ਕਰ ਸਕਦੇ ਹਾਂ, ਹਰੇਕ ਲਈ ਐਕਸੈਸੇਬਲ ਹੋ ਸਕਦਾ। ਜੇ ਅੱਜ 1,000 ਰੁਪਈਏ ਤਾਂ ਕੱਲ੍ਹ ਨੂੰ 500 ਰੁਪਏ ਵੀ ਵੇਚਾਂਗੇ ਤਾਂ ਸਾਰੇ ਲੋਕ ਖਾ ਸਕਦੇ ਨੇ ਅਤੇ ਸਾਰਿਆਂ ਨੂੰ ਅਵੇਲੇਬਲ ਹੋ ਜੂਗਾ ਈਜ਼ੀਲੀ, ਅਤੇ ਇਸ ਲਈ ਇਹਨੂੰ ਪੰਜਾਬ ਦੇ ਵਿੱਚ ਵਧਾਉਂਦੇ ਹਾਂ। ਜਿਹੜੇ ਮੇਰੇ ਕੋਲ ਨੇ ਜੀ, ਮੇਰੇ ਕੋਲ 4-5 ਇਹਦੀਆਂ ਕਿਸਮਾਂ ਲੱਗੀਆਂ ਹੋਈਆਂ ਨੇ ਜੀ। ਜਿਹੜੀ ਇਹਦੇ ਬੂਟੇ ਕੋਲ ਖੜ੍ਹਿਆ ਇਹ ਪਿੰਕਰਟਨ ਦਾ ਜੀ ਬੂਟਾ, ਅਤੇ ਫਲ ਤੁਸੀਂ ਲੱਗਿਆ ਹੋਇਆ ਦੇਖ ਸਕਦੇ ਹੋ। ਅਤੇ ਜਿਹੜੀਆਂ ਦੂਜੀਆਂ ਵਰਾਇਟੀਆਂ ਨੇ ਇਹਦੇ ਨਾਲ ਦੀਆਂ, ਹਾਸ ਹੋ ਗਿਆ, ਰੀਡ ਹੋ ਗਿਆ, ਟਿੰਗਰ ਹੋ ਗਿਆ, ਉਹ ਥੋੜ੍ਹੀਆਂ ਛੋਟੀਆਂ ਨੇ, ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਜੀ। ਕੁਛ ਕੁ ਬੂਟੇ ਮੇਰੇ ਸੀਡਲਿੰਗ ਤੋਂ ਨੇ ਜਿਹੜੇ ਡਾਇਰੈਕਟ ਬੀਜ਼ ਤੋਂ ਤਿਆਰ ਹੁੰਦੇ ਨੇ, ਉਹਨਾਂ ਨੇ ਕਿਸ ਟੇਸਟ ਦਾ ਫਲ ਦੇਣਾ ਉਹ ਆਪਾਂ ਨੂੰ ਆਉਣ ਵਾਲਾ ਸਮਾਂ ਦੱਸੂ। ਪਰ ਹਾਂ, ਉਹ 25-30 ਬੂਟੇ ਮੇਰੇ ਕੋਲ ਪੂਰੇ ਸਕਸੈਸਫੁਲ ਨੇ, 15-15 ਫੁੱਟ ਹਾਈਟ ਹੋ ਚੁੱਕੀ ਆ ਜੀ। ਚਲੋ ਆਪਾਂ ਉਹ ਵੀ ਅੱਗੇ ਬੂਟੇ ਦੇਖਦੇ ਹਾਂ ਦੋਸਤੋ। ਜਿਹੜੇ ਇਸ ਬੂਟੇ ਕੋਲ ਖੜ੍ਹਾ ਇਹਦੀ ਪਰਟੀਕੁਲਰ ਹਾਈਟ ਤਕਰੀਬਨ ਆਪਣੀ 15 ਫੁੱਟ ਤੋਂ ਪਲੱਸ ਹੋ ਚੁੱਕੀ ਆ ਜੀ। ਇਹ ਸੀਡਲਿੰਗ ਤੋਂ ਤਿਆਰ ਬੂਟਾ, ਇਹ ਵੀ 4 ਸਾਲ ਦਾ ਪੂਰਾ ਹੋਜੂ ਅਗਸਤ ਦੇ ਵਿੱਚ ਜਾ ਕੇ। ਅਗਸਤ ਦੇ ਵਿੱਚ ਲਾਏ ਸੀ ਅਤੇ 4 ਸਾਲ ਪੂਰੇ ਕਰ ਜੂਗਾ। 4 ਸਾਲ ਦੇ ਬੂਟੇ ਦੀ ਇੰਨੀ ਸੋਹਣੀ ਗਰੋਥ, ਅਤੇ ਤੁਸੀਂ ਹੁਣ ਵੀ ਇਹਦੇ ਦੇਖਿਓ ਵੀ ਪੱਤਿਆਂ ਦੀ, ਨਵਿਆਂ ਦੀ ਗਰੋਥ ਲਹਿਰ ਕਿੰਨੀ ਵਧੀਆ ਸੋਹਣੀ ਆ, ਅਤੇ ਕਲਰ ਕਿੰਨਾ ਵਧੀਆ ਪਿਆਰਾ ਆ ਰਿਹਾ, ਜਿਹੜੇ ਨਵੇਂ ਪੱਤੇ ਆ ਰਹੇ ਨੇ। ਬਾਕੀ ਇਹਨਾਂ ਤੋਂ ਬੂਟੇ ਤਿਆਰ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਬੂਟੇ ਵੀ ਛੇਤੀ ਅਵੇਲੇਬਲ ਹੋ ਜਾਣ। ਅਤੇ ਦੇਖੋ ਜੀ ਇਹਦੀ ਹਾਈਟ ਅਤੇ ਕਿੰਨੀ ਰੌਣਕ 'ਚ ਖੜ੍ਹਾ ਇਹ ਬੂਟਾ, ਇੱਦਾਂ ਆਪਾਂ ਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਵੀ ਇਹ ਕੋਈ ਬਾਹਰਲਾ ਬੂਟਾ, ਜਿਵੇਂ ਆਪਣੇ ਧਰਤੀ ਦੇ ਵਿੱਚ ਆ ਕੇ ਢਲਿਆ ਜੀ। ਬਹੁਤ ਸੋਹਣਾ ਅਤੇ ਬਹੁਤ ਵਧੀਆ ਤਰੀਕੇ ਨਾਲ ਖੜ੍ਹਾ ਜੀ। ਧੰਨਵਾਦ ਜੀ।